कोरोना के चलदे पंजाब विच लॉकडाउन 5 शुरू हो गया है। लॉकडाउन 5 विच कुछ शर्तां सने कुछ होर ढिल देण नाल मोगा दे बाजारां विच रौनक परत आई है। इस दे नाल ही सरकारी दफ्तरां विच भी कामकाज शुरू हो गया है। मोगा जिले विच लॉकडाउन 5 दौरान होर कि स्थान खुलणगे अते होर कि ढिल मिलेगी, इस बारे विच मोगा दे डीसी संदीप हंस अते सुविधा सेंटर दे इक अधिकारी ने जानकारी दित्ती। लॉकडाउन 5 ਨੂੰ ਤੋਂ ਲੈ ਕੇ ਇਹਨੂੰ ਲੈ ਕੇ ਜਿਹੜੀਆਂ ਹੁਣ ਇਹ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਥੋੜ੍ਹੀਆਂ ਹੋਰ ਛੋਟ ਦਿੱਤੀਆਂ ਹਨ ਦੁਕਾਨਾਂ ਵੱਖ ਵੱਖ ਕਿਸਮ ਦੀਆਂ ਦੁਕਾਨਾਂ ਨੂੰ ਅਤੇ ਇਨਫੋਰਸਮੈਂਟ ਦੇ ਉੱਤੇ ਜ਼ਿਆਦਾ ਉਹਨੂੰ ਸਖਤੀ ਕਰਨ ਦੇ ਹਦਾਇਤ ਦਿੱਤੀਆਂ ਹਨ। ਜਿਵੇਂ ਹੁਣ ਸਾਰੀਆਂ ਦੁਕਾਨਾਂ ਮੋਗਾ ਜ਼ਿਲ੍ਹਾ 'ਚ ਅਸੀਂ ਸੁਬਹਾ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਕੀਤੀਆਂ ਹੈਗੀਆਂ। ਅਤੇ ਜਿਵੇਂ ਬਾਰਬਰ ਔਰ ਬਿਊਟੀ ਪਾਰਲਰ ਔਰ ਸੈਲੂਨਸ ਹੈਗੇ ਆ, ਸਪਾ ਹੈਗੇ, ਉਹ ਸੁਬਹਾ 7 ਤੋਂ ਸ਼ਾਮੀ 7 ਵਜੇ ਤੱਕ ਹੈ। ਅਤੇ ਕੁਛ ਜਿਹੜੀਆਂ ਸੇਵਾਵਾਂ ਹਨ, ਜਿਵੇਂ ਮਤਲਬ ਕੋਈ ਦੁਕਾਨਾਂ ਹਨ ਜਿਵੇਂ ਦੁੱਧ ਨੂੰ ਲੈ ਕੇ ਜਾਂ ਦਵਾਈਆਂ ਨੂੰ ਲੈ ਕੇ, ਉਹ ਅਸੀਂ 7 ਦਿਨ ਅਲਾਓ ਕੀਤੀਆਂ ਹੈਗੀਆਂ ਵੀ 7 ਦਿਨ ਇਹ ਖੁੱਲ੍ਹਣਗੀਆਂ। ਇਹਦੇ ਤੋਂ ਇਲਾਵਾ ਜਿਹੜੀ ਇੰਟਰਾ ਸਟੇਟ ਆਪਣੀ ਸਟੇਟ ਦੇ ਵਿੱਚ ਜਿਹੜੀ ਆਪਣਾ ਮੂਵਮੈਂਟ ਸੀ ਉਹਦੇ ਪਹਿਲਾਂ ਈ ਪਾਸ ਨਾ ਹੁੰਦੀ ਸੀਗੀ, ਉਹ ਬਿਲਕੁਲ ਹੁਣ ਪਾਸ ਮੁਕਤ ਕਰ ਦਿੱਤੀ ਹੈ। ਹੁਣ ਕੋਈ ਵੀ ਵਿਅਕਤੀ ਜਾ ਸਕਦਾ ਹੈਗਾ, ਬਸ਼ਰਤੇ ਕਿ ਉਹਨੂੰ ਟਰੈਵਲ ਕਰਨ ਵੇਲੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਪਏਗੀ। ਜਿਵੇਂ ਆਪਣੀ ਉਹ ਕਾਰ 'ਚ ਜਾ ਰਿਹਾ ਹੈਗਾ ਤਾਂ 1+2 ਹੀ ਬੰਦੇ ਜਿਹੜੇ ਹੈ ਉਹ ਕਾਰ 'ਚ ਟਰੈਵਲ ਕਰਨਗੇ। ਜਿਹੜੇ ਦੂਸਰੀ ਸਟੇਟ ਤੋਂ ਕਿਸੇ ਨੇ ਆਉਣਾ ਹੈਗਾ ਉਹਦੇ ਵਿੱਚ ਵੀ ਤੁਸੀਂ ਅਗਰ ਕੋਵਾ 'ਚ ਆਪਣਾ ਈ ਪਾਸ ਜਨਰੇਟ ਹੋਣ ਦੀ ਸੁਵਿਧਾ ਹੈਗੀ ਹੈ ਅਤੇ ਉਹਦੇ ਵਿੱਚ ਹੋ ਕੇ ਤਾਂ ਕਿ ਉਹਨਾਂ ਨੂੰ ਬਾਰਡਰ 'ਤੇ ਸਟੇਟਸ ਦੇ ਬਾਰਡਰ 'ਤੇ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਏ। ਅਤੇ ਇੱਦਾਂ ਹੀ ਟਰਾਂਸਪੋਰਟ ਨੂੰ ਲੈ ਕੇ ਪ੍ਰਾਈਵੇਟ ਟਰਾਂਸਪੋਰਟ ਨੂੰ ਲੈ ਕੇ ਵੀ ਛੋਟ ਦੇ ਦਿੱਤੀ ਹੈਗੀ, ਜਿਹੜੀ ਕਿ ਟਰਾਂਸਪੋਰਟ ਡਿਪਾਰਟਮੈਂਟ ਉਹਨਾਂ ਦਾ ਇੱਕ SOP ਦੇਵੇਗਾ, ਉਹ SOP ਦੇ ਮੁਤਾਬਕ ਜਿਹੜੀ ਹੈ ਅਸੀਂ ਬਤੌਰ ਡਿਪਟੀ ਕਮਿਸ਼ਨਰ ਮੈਂ ਉਹਨਾਂ ਦੇ ਹੁਕਮ ਜਾਰੀ ਕਰਾਂਗਾ। ਅਤੇ ਹੋਰ ਇਹਦੇ ਵਿੱਚ ਬਾਕੀ ਜਿਵੇਂ ਇੰਡਸਟਰੀ ਹੈ ਹਰ ਕਿਸਮ ਦੀ, ਭਾਵਾਂ ਰੂਰਲ ਏਰੀਆ 'ਚ ਹੈ ਭਾਵਾਂ ਅਰਬਨ ਏਰੀਆ 'ਚ ਹੈ, ਉਹਨੂੰ ਹੁਣ ਉਹ ਅਲਾਓ ਕਰ ਦਿੱਤਾ ਹੈਗਾ, ਉਹ ਆਪਣੀ ਰੂਟੀਨ ਵਿੱਚ ਉਹ ਆਪਣਾ ਉੱਥੇ ਫੰਕਸ਼ਨ ਕਰੇਗੀ। ਇਹਦੇ ਵਿੱਚ ਮੈਂ ਪਬਲਿਕ ਦੇ ਧਿਆਨ ਵਿੱਚ, ਲੋਕਾਂ ਦੇ ਧਿਆਨ ਵਿੱਚ ਇਹ ਲਿਆਉਣਾ ਜ਼ਰੂਰੀ ਸਮਝਦਾ ਹਾਂ ਕਿ ਮਾਸਕਿੰਗ, ਸੋਸ਼ਲ ਡਿਸਟੈਂਸਿੰਗ, ਜਨਤਕ ਥਾਵਾਂ 'ਤੇ ਥੁੱਕਣਾ, ਇਹਦੇ 'ਤੇ ਅਸੀਂ ਬਹੁਤ ਸਖਤੀ ਰੱਖਾਂਗੇ। ਇਹਦੇ 'ਤੇ ਜਿਹੜਾ ਕੋਈ ਇਹਨਾਂ ਦੀ ਉਲੰਘਣਾ ਕਰਦਾ ਹੋਇਆ ਪਾਇਆ ਗਿਆ ਉਹਨੂੰ ਫਾਈਨ ਵੀ ਹੋਏਗਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਲਾਗੂ ਕਰਨੀਆਂ, ਇਨਫੋਰਸ ਕਰਨੀਆਂ ਬੜੀ ਜ਼ਰੂਰੀ ਹਨ। ਇਹ ਬਾਕੀ ਇਕਨੋਮਿਕ ਐਕਟੀਵਿਟੀ ਜਿਵੇਂ ਸਰਕਾਰ ਨੇ ਖੋਲ੍ਹ ਦਿੱਤੀ ਹੈਗੀ, ਕਿਉਂਕਿ ਇਹ ਇਕਨੋਮਿਕ ਐਕਟੀਵਿਟੀ ਚਲਾਏ ਬਗੈਰ ਕੰਮ ਆਪਣਾ ਨਹੀਂ ਚੱਲਣਾ। ਇਹਦੇ ਵਿੱਚ ਜਿਹੜਾ ਬਿਜ਼ਨਸਮੈਨ ਹੈ, ਜਿਹੜਾ ਕੋਈ ਦੁਕਾਨਦਾਰ ਵੀ ਹੈ, ਇੰਡਸਟਰੀਅਲਿਸਟ ਹੈ, ਉਹਦੇ ਕੋਲ ਲੇਬਰ ਵੀ ਕੰਮ ਕਰਦੀ ਹੈ, ਉਹ ਸਾਰਿਆਂ ਦਾ ਜਿਹੜਾ ਦਾਲ ਫੁਲਕਾ ਔਰ ਇਹ ਸਾਰਾ ਉਹਦੇ 'ਤੇ ਡਿਪੈਂਡ ਕਰਦਾ ਹੈਗਾ। ਸੋ ਇਕਨੋਮਿਕ ਐਕਟੀਵਿਟੀ ਖੋਲ੍ਹ ਦਿੱਤੀ ਹੈ, ਲੇਕਿਨ ਆਪਾਂ ਨੂੰ ਐਜ਼ ਰਿਸਪੋਂਸੀਬਲ ਸਿਟੀਜ਼ਨ ਆਪਾਂ ਨੂੰ ਮਾਸਕਿੰਗ, ਸੋਸ਼ਲ ਡਿਸਟੈਂਸਿੰਗ ਔਰ ਜਨਤਕ ਥਾਵਾਂ 'ਤੇ ਥੁੱਕਣਾ ਨਹੀਂ ਹੈ, ਔਰ ਜਿਨ੍ਹਾਂ ਨੂੰ ਹੋਮ ਕੁਆਰੰਟੀਨ ਕੀਤਾ ਹੈ ਉਹਦੀ ਉਲੰਘਣਾ ਨਹੀਂ ਕਰਨੀ ਹੈਗੀ। ਇਹਨਾਂ ਚੀਜ਼ਾਂ ਦਾ ਆਪਾਂ ਨੂੰ ਬਹੁਤ ਧਿਆਨ ਰੱਖਣਾ। ਸਰ, ਇੱਥੇ ਸਿਰਫ ਫਸਲੇ ਨੂੰ ਫਿਲਹਾਲ ਛੱਡ ਕੇ ਬਾਕੀ ਸਾਰੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਸਟਾਰਟ ਹੋ ਚੁੱਕੀਆਂ। ਕਿੰਨੇ ਪਰਸੈਂਟ ਕੰਮ ਸਟਾਰਟ ਹੋ ਚੁੱਕਿਆ ਸਰ ਇੱਥੇ ਪੂਰਾ? ਸਰ, ਸਾਰਾ ਤੁਹਾਨੂੰ ਦੱਸਿਆ, ਸਿਰਫ ਫਸਲੇ ਨੂੰ ਛੱਡ ਕੇ ਬਾਕੀ ਕੰਮ ਸਟਾਰਟ ਹੋ ਚੁੱਕਿਆ, ਠੀਕ ਹੈ, ਔਰ 50% ਮੈਨ ਪਾਵਰ ਦੇ ਨਾਲ ਜਿਹੜਾ ਕੰਮ ਇਹ ਚੱਲ ਰਿਹਾ। ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਸੈਨੇਟਾਈਜੇਸ਼ਨ ਦੀ ਜਾਂ ਸੋਸ਼ਲ ਡਿਸਟੈਂਸਿੰਗ, ਤਾਂ ਉਹਨੂੰ ਕਿੱਦਾਂ ਮੇਨਟੇਨ ਕੀਤਾ ਜਾਂਦਾ? ਉਹਨੂੰ ਸਰ ਬਾਹਰ ਜਿਹੜਾ ਆਊਟਸਾਈਡ 'ਤੇ ਅਰਾਊਂਡ ਸਰਕਲ ਲਗਾਏ ਗਏ ਆ, ਪਬਲਿਕ ਨੂੰ ਜਿਹੜਾ ਡਿਸਟੈਂਸ ਦੇ ਨਾਲ ਖੜ੍ਹੇ ਹੋਣ ਲਈ ਕਿਹਾ ਜਾਂਦਾ ਹੈ, ਅਤੇ ਜਦੋਂ ਐਂਟਰੀ ਕਰਵਾਉਂਦੇ ਆ ਉਹਦਾ ਪ੍ਰੋਪਰ ਟੈਂਪਰੇਚਰ ਚੈੱਕ ਕਰਕੇ ਹੱਥ ਸੈਨੇਟਾਈਜ਼ ਕਰਵਾ ਕੇ ਫਿਰ ਐਂਟਰ ਕਰਵਾਇਆ ਜਾਂਦਾ।